जी हां तुम सुन रहे हो रेडियो दरिया 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 दोस्तों नेंद्र कुनवी वालों सताल करो प्रवान ਖਬਰਾਂ ਦੇ ਪਹਿਲੇ ਹਿੱਸੇ 'ਚ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਚੌਣਵੀਆਂ ਖਬਰਾਂ ਖਬਰਾਂ ਆਈਆਂ ਟੋਕੀਓ ਤੋਂ ਤੇਜ਼ੀ ਨਾਲ ਅੱਗੇ ਵਧੇ ਸਮੁੰਦਰੀ ਤੂਫਾਨ ਦੇ ਕਰੋਨਾ ਕਾਲ ਦੀਆਂ ਚੁਣੌਤੀਆਂ ਦਰਮਿਆਨ ਹੋਈਆਂ ਟੋਕੀਓ 올림픽 ਸੇ ਖੇਡਾਂ ਹੁਣ 3 ਸਾਲ ਮਗਰੋਂ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਮੁੜ ਮਿਲਣ ਦੇ ਐਲਾਨ ਨਾਲ ਸਮਾਪਤ ਹੋ ਗਈਆਂ ਕਮਾਂਟਰੀ 올림픽 ਕਮੇਟੀ ਦੇ ਪ੍ਰਧਾਨ ਥੋਮਸ ਬਾਕ ਨੇ 32ਵੀਂ 올림픽 ਖੇਡਾਂ ਨੂੰ ਅਧਿਕਾਰਤ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਉਹਨਾਂ ਖੇਡ ਮਹਾਕੁੰਭ ਵਿੱਚ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਤੇ ਜਾਪਾਨ ਦੇ ਲੋਕਾਂ ਵੱਲੋਂ ਵਿਖਾਏ ਜਜ਼ਬੇ ਨੂੰ ਸਲਾਮ ਕੀਤਾ ਸਮਾਗਮ ਦੀ ਸਮਾਪਤੀ ਦੌਰਾਨ ਜਿੱਥੇ 올림픽 ਸਟੇਡੀਅਮ 'ਚ ਆਤਿਸ਼ਬਾਜ਼ੀ ਕੀਤੀ ਗਈ ਉੱਥੇ ਕਲਾਕਾਰਾਂ ਦੇ ਨਿਰਤ ਤੇ ਗੀਤਾਂ ਦੇ ਆਧਾਰਿਤ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਹੋਏ ਸਮਾਪਤੀ ਸਮਾਗਮ ਦੇ ਨਾਲ ਹੀ ਜਾਪਾਨ ਦੀ ਰਾਜਧਾਨੀ 'ਚ ਹੋਈਆਂ ਇਤਿਹਾਸਕੀਆਂ ਸਭ ਤੋਂ ਨਵੇਕਲੀਆਂ ਖੇਡਾਂ ਮੁੱਕ ਗਈਆਂ ਨੇ ਨਵੀਂ ਦਿੱਲੀ ਤੋਂ ਪਰਟਾਉਨ ਸਾਰ ਉਦਯੋਗ ਜਗਤ ਨੇ ਟੋਕੀਓ 올림픽 ਚ ਤਗਮੇ ਜਿੱਤਣ ਵਾਲੀ ਭਾਰਤੀ ਖਿਡਾਰੀਆਂ ਲਈ ਵਕ ਵਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ 에어ਲਾਈਨ ਕੰਪਨੀਆਂ ਗੋਆ ਫੈਸਟ ਪ੍ਰਾਣਾ ਨਾਮ ਗੋਆ ਏਅਰ ਤੇ ਸਟਾਰ ਏਅਰ ਨੇ ਵਿਅਕਤੀਗਤ ਮੁਕਾਬਲੇਾਂ ਚ ਤਗਮੇ ਜਿੱਤਣ ਵਾਲੇ 8 ਭਾਰਤੀ ਖਿਡਾਰੀਆਂ ਦੇ ਪੁਰਸ਼ ਤੇ ਹਾਕੀ ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਲਈ ਮੁਫਤ ਜਹਾਜ਼ ਸੇਵਾਵਾਂ ਦੀ ਪੇਸ਼ਕਸ਼ ਕਰ ਦਿੰਦੀ ਹੈ ਅੱਜ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਭਾਰਤੀ ਖਿਡਾਰੀਆਂ ਦਾ ਪੁੱਜਣ ਤੇ ਸ਼ਾਨਦਾਰ ਸਵਾਗਤ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ। ਨਵੀਂ ਦਿੱਲੀ ਤੋਂ ਖਬਰਾਂ ਅਨੁਸਾਰ ਭਾਰਤ ਦੇ ਕੈਬਨਟ ਸਕੱਤਰ ਅਜੀਬ ਗਾਬਾਨੀ ਲਾਲ ਕਿਲੇ 'ਚ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਸੱਦੇ ਗਏ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਸਮਾਗਮ 'ਚ ਸ਼ਾਮਲ ਨਾ ਹੋਏ ਤਾਂ ਇਸ ਨੂੰ ਗੰभीरता ਨਾਲ ਲੈ ਕੇ ਕਾਰਵਾਈ ਹੋਏਗੀ। ਸਾਰੇ ਕੇਂਦਰੀ ਮੰਤਰਾਲਿਆਂ ਦੇ ਵਿਭਾਗਾਂ ਦੇ ਸਕੱਤਰਾਂ ਨੂੰ ਭੇਜੇ ਪੱਤਰਾਂ ਚ ਗੱਭਾਂ ਨੇ ਆਖਿਆ ਲਾਲ ਕਿਲੇ ਉੱਤੇ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਆਪਣੀ ਅਹਿਮਤ ਹੁੰਦੀ ਹੈ ਤੇ ਸੱਦੇਗੇ ਅਧਿਕਾਰੀਆਂ ਦੇ ਇਸ ਚ ਸ਼ਾਮਲ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ ਉਹਨਾਂ ਕਹੇ ਕਿ ਜਿਹਾ ਪਹਿਲੀ ਵਾਰ ਦੇਖਿਆ ਗਿਆ ਕਿ ਕੁਝ ਅਧਿਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਨਹੀਂ ਆ ਰਹੇ ਖਬਰ ਨਾਮੀ ਦਿੱਲੀ ਤੋਂ ਆਜ਼ਾਦੀ ਦਿਵਸ ਤੋਂ ਲਗਭਗ ਇੱਕ ਹਫਤਾ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਕਮਾਂਤੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਮਗਰੋਂ ਭਾਰਤ ਸਰਕਾਰ ਹਵਾਈ ਅੱਡੇ ਤੇ ਸੁਰੱਖਿਆ ਵਧਾਰੀ ਹੈ ਦਿੱਲੀ ਦੀਆਂ ਹੋਰ ਅਹਿਮ ਇਮਾਰਤਾਂ ਵੀ ਆਜ਼ਾਦੀ ਦੇ ਮਤੇ ਨਜ਼ਰ ਪਹਿਲਾਂ ਹੀ ਸਖਤ ਚੌਕਸੀ ਥੱਲੇ ਹਨ ਹਾਲਾਂਕਿ ਜਾਂਚ ਮਗਰੋਂ ਇਹ ਧਮਕੀ ਫਰਜ਼ੀ ਨਿਕਲੀ ਹੈ ਖਬਰ ਅਮਰਸਰ ਸਾਹਿਬ ਤੋਂ ਆ ਰਹੀ ਹੈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਅਮਰਸਰ ਵਿਖੇ ਡਰੋਨ ਦੀ ਮਦਦ ਨਾਲ ਸੁੱਟੇ ਗਏ ਬਸਤੇ ਦੇ ਟਿਫਨ 'ਚ ਜਿਹੜੇ ਬੱਚਿਆਂ ਦੇ ਟਿਫਨ ਸਨ ਰੋਟੀ ਵਾਲੇ ਉਹ ਚੁਪ ਹਾਨਕ ਬੰਬ ਬਰਾਮਦ ਕੀਤੇ ਗਏ ਗਰਨੇਡ ਹਨ ਔਰ ਅਮਰਸਰ ਸਾਹਿਬ 'ਚ ਵਾਪਰਨ ਵਾਲੀ ਵੱਡੀ ਘਟਨਾ ਰੋਕ ਦਿੱਤੀ ਗਈ ਹੈ ਨਵੀਂ ਦਿੱਲੀ ਤੋਂ ਰਿਪੋਰਟਾਂ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦਾ ਹਰਿਆਣਾ ਸੂਬੇ ਤੋਂ ਹਿੱਸਾ ਬਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਚੜੌਨੀ ਦੇ ਪ੍ਰਧਾਨ ਗੁਰਨਾਮ ਚੜੌਨੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਲਾਏ ਦੋਸ਼ਾ ਪੰਜਾਬ ਤੋਂ ਚਾਰ ਗੁੱਟਾਂ ਤੇ ਮੋਰਚੇ ਦੀ ਮੀਟਿੰਗ ਸ਼ਾਮਲ ਹੋਣ ਸਮੇਤ ਕਿਸਾਨ ਮੋਰਚੇ ਦੇ ਅੰਦਰੂਨੀ ਮਾਮਲਿਆਂ ਲਈ 5-5 ਮੈਂਬਰਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਇਹਨਾਂ ਕਮੇਟੀਆਂ 'ਚ ਇੱਕ ਕਮੇਟੀ ਹਰਿਆਣਾ ਦੀਆਂ ਹੋਰਨਾਂ ਯੂਨੀਨਾਂ ਖਾਪਾਂ ਨਾਲ ਤਾਲਮੇਲ ਮਜ਼ਬੂਤ ਕਰੇਗੀ ਇੱਕ ਕਮੇਟੀ ਕੌਮੀ ਪੱਧਰ ਤੇ ਮਾਮਲੇ ਦੇਖੇਗੀ ਭਾਰਤੀ ਕਿਸ਼ਾਨ ਯੂਨਿਟ ਕੌਦਾ ਦੇ ਪ੍ਰਧਾਨ ਬੂਟਾ ਬੁਰਜਗਿਲਦੀ ਗਵਾਈ ਥੱਲੇ ਮੋਰਚੇ ਦੀ ਹੋਈ ਨੰਬਰ ਬੈਠਕ ਚ ਗੁਰਨਾਮ ਚੜੋਨੀ ਦਾ ਮਾਮਲਾ ਵੀ ਵਿਚਾਰੇ ਜਾਣਦੀਆਂ ਖਬਰਾਂ ਨੇ ਖਬਰ ਆਈ ਹੈ ਚੜੂਨੀ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਿੱਖ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਤੂਵਾਲ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਰੀਬ 600 ਕਿਸਾਨਾਂ ਖਿਲਾਫ ਦਰਜ ਮਾਮਲੇ ਵਾਪਸ ਲੈਣ ਲਈ ਹਰਿਆਣਾ ਸਰਕਾਰ ਨੂੰ 7 ਦਿਨਾਂ ਦੀ ਸਪਾਰਸ਼ ਕਰਨ ਨਹੀਂ ਤਾਂ ਉਹਨਾਂ ਦਾ ਵੀ ਬਾਈਕਾਟ ਹੋਏਗਾ ਤੇ ਸੱਤਾਧਾਰੀ ਤੇਰ ਦਾ 에ਜੰਟ ਕਰਾਰ ਦਿੱਤਾ ਜਾਏਗਾ ਉਹਨਾਂ ਦੱਸਿਆ ਕਿ ਦਾਦੂਵਾਲ ਨੇ ਭਾਜਪਾ ਦੇ ਆਗੂ ਵਿਜੇ ਸੰਪਲਨ ਦੇ ਪਿੰਡ ਬੁਲਾਇਆ ਸੀ ਔਰ ਮੋਰਚੇ ਵੱਲੋਂ ਭਾਜਪਾ ਆਗੂ ਦਾ ਜਨਤਕ ਤੌਰ ਤੇ ਖੁੱਲਾ ਵਿਰੋਧ ਵੀ ਕੀਤਾ ਗਿਆ ਸੀ ਅਮਰਸਰ ਸਹਿਤ ਤੁਰ ਪੋਟਾ ਫੋਕਲੋਰ ਰਿਸਰਚ ਅਕੈਡਮੀ ਅਮਰਸਰ ਹਿੰਦਪਾਕ ਦੋਸਤੀ ਮੰਚ ਤੇ ਸਾਫਪੰਮ ਵੱਲੋਂ ਇੱਕ 26 ਮੇ ਹਿੰਦ-ਪਾਕ ਪਤੋਸਤੀ ਮੇਲੇ ਮੌਕੇ ਕਰਵਾਏ ਗਏ ਸੈਮੀਨਾਰ ਚ ਪਾਸ ਕੀਤੇ ਗਏ ਮਤੇਆਂ ਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਤੇ ਜੀ ਨੂੰ ਇੱਕ ਨੌਕਰੀ ਦਿੱਤੀ ਜਾਵੇ ਇਹ ਵੀ ਮੰਗ ਕੀਤੀ ਗਈ ਕਿ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਦੁਵਾਲਾ ਵਪਾਰ ਖੋਲਣ ਤੇ ਸਿੱਖ ਸੰਗਤ ਦੀ ਵਾਧੇ ਮੰਗ ਦੇ ਮਤੇ ਨਜ਼ਰ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲਿਆ ਜਾਵੇ ਗੱਲ ਮੌਸਮ ਦੀ ਕਰੀਏ ਤਾਂ ਪੰਜਾਬ 'ਚ ਠੰਡ ਠੁਰਕ ਵਾਲਾ ਮੌਸਮ ਬਣਿਆ ਹੋਇਆ ਹੈ ਬਹੁਤ ਸਾਰੀਆਂ ਥਾਵਾਂ ਤੇ ਸੁੱਕਾ ਵੀ ਪਿਆ ਹੈ ਅੱਜ ਸਵੇਰੇ ਕਈ ਥਾਵਾਂ ਤੇ ਹਲਕਾ ਮੀਂਹ ਪਿਆ ਕਈ ਥਾਵਾਂ ਤੇ ਭਾਰੀ ਮੀਂਹ ਪੈਂਦੀਆਂ ਖਬਰਾਂ ਨੇ ਦਿੱਲੀ ਵਿੱਚ ਵੀ ਭਾਰੀ ਮੀਂਹ ਪਿਆ ਜਿਸ ਕਰਕੇ ਕਿਸਾਨ ਮੋਰਚੇ ਵਿੱਚ ਵੀ ਪਾਣੀ ਭਰਿਆ ਹੈ ਔਰ ਚੰਡੀਗੜ੍ਹ 'ਚ ਇੰਨਾ ਭਾਰੀ ਮੀਂਹ ਪਿਆ ਕਿ ਕਈ ਥਾਈਂ ਚੰਡੀਗੜ੍ਹ ਦੇ ਵਿੱਚ ਜਲ-ਥਲ ਹੋ ਗਿਆ ਔਰ ਭਾਰੀ ਮੀਂਹ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਵਿੱਚ ਫਲੱਡ ਗੇਟ ਜਿਹੜਾ ਹੈ ਉਸ ਨੂੰ ਵੀ ਖੋਲਣਾ ਪੈ ਗਿਆ ਹੈ ਮੌਸਮ ਮਾਰਾ ਨੇ ਆਖਿਆ ਕਿ 4-5 ਦਿਨ ਹੋਰ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਿੰਦਰ ਕੁਗਿਆਨਵੀ ਤੋਂ ਖਬਰਾਂ ਦਾ ਦੂਜਾ ਹਿੱਸਾ ਇੱਕ ਵਕਫੇ ਤੋਂ ਬਾਅਦ। ਸਕਾਟਲੈਂਡ ਦੀ ਧਰਤੀ ਤੇ ਪੰਜਾਬੀਆਂ ਦੇ ਸ਼ੌਕ ਦੇ ਦਰਿਆ ਵਰਗਾ ਨਾਮ। ਅੱਜ ਦੋਸਤੋ ਨਿੰਦਰ ਕੋ ਗਿਆਨ ਵੀ ਤੋਂ ਸੁਣੋ ਖਬਰਾਂ ਦਾ ਦੂਜਾ ਹਿੱਸਾ ਖਬਰ ਮੁਹਾਲੀ ਤੋਂ ਸ਼੍ਰੋਮਣੀ ਕਾਲੀਦਾ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਵਰਦਾਨ ਵਿੱਕੀ ਮਿੱਡੂ ਖੇੜੇ ਦੇ ਬੀਤੇ ਦਿਨ ਹੋਏ ਕਤਲ ਸਬੰਧੀ ਦੋ ਗੈਂਗਸਟਰ ਧੜੇ ਆ ਮੋਸਾ ਮਣੇ ਆ ਗਏ ਨੇ ਗੈਂਗਸਟਰ ਦਵਿੰਦਰ ਬਬੀਹਾ ਗਰੁੱਪ ਨੇ ਮਿੱਡੂ ਖੇੜਾ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ ਪਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਮਿੱਡੂ ਖੇੜਾ ਦੇ ਕਾਤਲਾਂ ਨੂੰ ਸਬਕ ਸਿਖਾਉਣ ਬਾਰੇ ਫੇਸਬੁੱਕ ਤੇ ਪੋਸਟ ਪਾਈ ਹੈ। ਉਹਨਾਂ ਲਿਖਿਆ ਕਿ ਵਿੱਕੀ ਦੀ ਹੱਤਿਆ ਦਾ ਛੇਤੀ ਬਦਲਾ ਲਵਾਂਗੇ। ਉਸਦੀ ਘਾਟ ਕਦੇ ਨਹੀਂ ਪੂਰੀ ਹੋਏਗੀ। ਬਿਸ਼ਨੋਈ ਗਰੁੱਪ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਵਿੱਕੀ ਦਾ ਉਹਨਾਂ ਦੇ ਨਾਲ ਅਪਰਾਧਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਉਹਨਾਂ ਕਹਿ ਕਿ ਉਹ ਜ਼ਿਆਦਾ ਕੁਝ ਨਹੀਂ ਬੋਲਣਗੇ ਸਗੋਂ ਕਰਕੇ ਦਿਖਾਉਣਗੇ। ਗੈਂਗਸਟਰਾਂ ਵੱਲੋਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨੇ ਪੰਜਾਬ ਦੀ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬ ਬਾਦਲ ਅੱਜ ਵਿੱਕੀ ਮਿੱਡੂ ਖੇੜਾ ਦੇ ਪਿੰਡ ਉਹਨਾਂ ਦੇ ਘਰ ਅਫਸੋਸ ਕਰਨ ਵਾਸਤੇ ਪੁੱਜੇ ਹੋਏ ਸਨ ਬਿਜਲੀ ਦੀ ਕੇਂਦਰੀ ਅਪੀਲ ਟ੍ਰਿਬਿਊਨਲ ਨੇ ਵਿਦੇਸ਼ੀ ਕੋਲੇ ਦੇ ਮਾਮਲੇ 'ਚ ਪਾਵਰ ਕਾਮ ਨੂੰ ਨਵਾਂ ਝਟਕਾ ਦਿੰਦਿਆਂ ਪ੍ਰਾਈਵੇਟ ਥਰਮਲਾਂ ਨੂੰ ਅੰਦਾਜ਼ਨ 550 ਕਰੋੜ ਰੁਪਏ ਦੇਣ ਦੇ ਆਦੇਸ਼ ਦਿੱਤੇ ਆ ਹਾਲਾਂਕਿ ਅਧਿਕਾਰੀ ਇਸ ਸੰਬੰਧੀ ਭਾਅ ਬਾਹਰ ਨਹੀਂ ਕੱਢ ਰਿਹਾ ਤੋ ਥੋੜੇ ਅਰਸੇ ਦੌਰਾਨ ਪਾਵਰ ਕਾਮ ਨੂੰ ਇਹ ਦੂਜਾ ਵੱਡਾ ਹਲੌਣਾ ਹੈ ਪਹਿਲਾਂ ਸੁਪਰੀਮ ਕੋਰਟ ਨੇ ਪਾਵਰ ਕਾਮ ਨੂੰ ਕੋਲੇ ਦੀ ਤੁਲਾਈ ਕੋਲੇ ਦੀ ਗੁਣਮਾਤਾ ਨਾਲ ਜੁੜੇ ਮਾਮਲਿਆਂ ਤੇ ਲਗਭਗ 3400 ਕਰੋੜ ਰੁਪਏ ਪ੍ਰਾਈਵੇਟ ਥਰਮਲਾਂ ਨੂੰ ਦੇਣ ਦੀ ਹਦਾਇਤ ਕੀਤੀ ਸੀ ਨਵਾਂ ਬੋਝ ਆਖਰ ਦੇਰ ਸਵੇਰ ਖਫਤ ਕਰਾਂ ਤੇ ਪੈਣ ਹੀ ਸੁਭਾਵਨਾ ਹੈ ਔਰ ਨਾਲ ਹੀ ਕੇਂਦਰੀ ਅਪੀਲੀ ਟ੍ਰਿਬਿਊਨਲ ਨੇ 19 ਜੁਲਾਈ ਦੇ ਤਾਜ਼ਾ ਫੈਸਲੇ ਅਨੁਸਾਰ ਪਾਵਰ ਕਮ ਨੂੰ ਵੀ ਹਦਾਇਤ ਕੀਤੀ ਹੈ ਪਾਵਰ ਕਮ ਦੇ ਚੇਅਰਮੈਨ ਕਮ ਅੰਜੇਜਕ ਡਾਇਰੈਕਟਰ ਏ ਵੀ ਨੂੰ ਪ੍ਰਸ਼ਾਦ ਨੇ ਕਿਹਾ ਕਿ ਵਿਦੇਸ਼ੀ ਕੋਲੇ ਮਾਮਲੇ ਚ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਚ ਕੇਸ ਜਿੱਤ ਗਏ ਸਨ ਉਹਨਾਂ ਕਿਹਾ ਕਿ ਕੇਂਦਰੀ ਟ੍ਰਿਬਿਊਨਲ ਦੇ ਤਾਜ਼ਾ ਫੈਸਲੇ ਦਾ ਮੁਲਾਂਕਣ ਕਰਨ ਮਗਰੋਂ ਹੁਣ ਪੰਜਾਬ ਸਰਕਾਰ ਸੁਪਰੀਮ ਕੋਰਟ ਅਪੀਲ ਕਰੇਗੀ ਆਮ ਆਦਮੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਟ੍ਰਿਬਿਊਨਲ ਦੇ ਫੈਸਲੇ ਨਾਲ 550 ਕਰੋੜ ਦਾ ਬੋਝ ਆਖਰ ਪੰਜਾਬ ਦੀਆਂ ਲੋਕਾਂ ਦੀ ਜੇਬਾਂ ਤੇ ਪਵੇਗਾ ਅਕਾਲੀ ਹਰ ਦੇ ਉਦੋਂ ਬਿਨਾ ਕੋਲੇ ਦੇ گاਉਂ ਪ੍ਰਬੰਧ ਕੀਤੇ ਤੇ ਵੱਧ ਸਮਰੱਥਾ ਬਿਜਲੀ ਸਮਝੌਤੇ ਕੀਤੇ ਜਿਸ ਤੱਕ ਮਿਆਜਾ ਪੰਜਾਬੀ ਭੋਗਤ ਰਹੇ ਨੇ ਖਬਰ ਆ ਰਹੀ ਹੈ ਚੰਡੀਗੜ੍ਹ ਤੋਂ ਹਰਿਆਣਾ ਸਰਕਾਰ ਨੇ ਕਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਆਮਦ ਦਾ ਖਦ사 ਜ਼ਾਹਰ ਕਰਦਿਆ ਮਹਾਮਾਰੀ ਅਲਰਟ 23 ਗਸਤ ਤੱਕ ਵਧਾ ਦਿੱਤਾ ਹੈ ਸੂਬੇ ਵਿੱਚ ਸਵੇਰੇ 5 ਵਜੇ ਤੋਂ 23 ਗਸ ਸਵੇਰੇ 5 ਵਜੇ ਤੱਕ ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ ਤਾਲਾਬੰਦੀ ਰਹੇਗੀ ਔਰ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਡੀਸੀਆਂ ਨੂੰ ਹਦਾਇਤ ਕੀਤੀ ਹੈ ਤੇ 143 ਦਫਾ ਲਾਉਣ ਲਈ ਕਿਹਾ ਨਵੀਂ ਦਿੱਲੀ ਤੋਂ ਖਬਰ ਭਾਰਤ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3979ਵੇਂ ਮਾਮਲੇ ਸਾਹਮਣੇ ਆਏ ਆ ਜਿਸ ਨਾਲ ਇਸ ਮਹਾਂਮਾਰੀ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ 3 ਕਰੋੜ 19 ਲੱਖ 3440055 ਤੱਕ ਚਲੀ ਗਈ ਹੈ कोरोना वायरस ਕਾਰਨ ਪੰਜਾਬ ਵਿੱਚ 3 ਹਰਿਆਣਾ ਵਿੱਚ 1 ਜਣੇ ਦੀ ਮੌਤ ਹੋਈ ਹੈ ਪੰਜਾਬ ਚ ਕੋਰੋਨਾ ਮਰਤਕਾਂ ਦਾ ਅੰਕੜਾ 16316 ਹਰਿਆਣਾ ਵਿੱਚ 9449 ਤੇ ਪਹੁੰਚ ਗਿਆ ਹੈ ਸਿਹਤ ਵਿਭਾਗ ਅਨੁਸਾਰ ਪੰਜਾਬ ਚ 56 ਨਵੇਂ ਕੇਸ ਆਏ ਅੱਜ ਅਮਰਸਰ ਸਾਹਿਬ ਵਿੱਚ 3 ਨਵੇਂ ਕੇਸ ਆਏ ਨੇ ਜਾਣਕਾਰੀ ਅਨੁਸਾਰ 24 ਘੰਟਿਆਂ ਚ ਅਮਰਸਰ ਹਿਆਰਪੁਰ ਤਰਨਤਾਰਨ ਦੇ ਵਿੱਚ ਕੋਰੋਨਾ ਦੇ ਨਾਲ ਇੱਕ ਇੱਕ ਜਣੇ ਦੀ ਮੌਤ ਹੋਈ ਹੈ ਹਰਿਆਣਾ ਵਿੱਚ ਕੋਰੋਨਾ ਦੇ 19 ਕੇਸ ਸਾਹਮਣੇ ਆਉਣ ਦੀਆਂ ਖਬਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਨਸ਼ਿਆਂ ਦੇ ਵਪਾਰ ਪਿੱਛੇ ਦੋਸ਼ੀਆਂ ਨੂੰ ਸਜ਼ਾ ਦੇਣਾ 1803ੀ ਏਜੰਡੇ ਤਹਿਤ ਕਾਂਗਰਸੀ ਤਰਜੀਹ ਬਣਦੀ ਹੈ ਇਸ ਲਈ ਪੰਜਾਬ ਸਰਕਾਰ ਛੇਤੀ ਇਸ ਉੱਤੇ ਕਾਰਵਾਈ ਕਰੇ ਖਬਰ ਮੋਗੇ ਤੋਂ ਆ ਰਹੀ ਹੈ ਪਿਤਾ ਪੁਰਖੀ ਕਿਤਾਬ ਵਿਅਕਤੀਗਤ ਹੁੰਦਾ ਹੋਇਆ ਵੀ ਸਮੂਹਕ ਸਿਰਜਣਾ ਦਾ ਦਰਜਾ ਲੈ ਲੈਂਦਾ ਹੈ ਪਿੰਡ ਭਿੰਡਰ ਕਲਾ ਧਰਮਕੌਰ ਚ ਮਸ਼ੀਨੀਕਰਨ ਯੋਗ ਦੇ ਬਾਵਜੂਦ ਹੱਥੀ ਤਿਆਰ ਟਕਸਾਲੀ ਕਿਰਪਾਨ ਤੇ ਕੜੇ ਦੀ ਬਹੁਤ ਮੰਗ ਹੈ ਇੱਥੇ ਬੁਕਿੰਗ ਉੱਤੇ ਸੋਨੇ ਦੇ ਵਰਕ ਵਾਲੀ ਕਿਰਪਾਨ ਵੀ ਤਿਆਰ ਹੁੰਦੀ ਹੈ ਟਕਸਾਲੀ ਕਿਰਪਾਨ ਤੇ ਕੜੇ ਤਿਆਰ ਕਰਦੇ ਗੁਰਨੇਕ ਸਿੰਘ ਮੁਤਾਬਕ ਉਸਨੇ ਸਾਲ 1988 ਚ ਗਣਿਤ ਅਧਿਆਪਕ ਦੀ ਸਰਕਾਰੀ ਨੌਕਰੀ ਨਕਾਰ ਕੇ ਪਿਤਾ ਪੁਰਖੀ ਕਿੱਤੇ ਨੂੰ ਉਤਰ ਜੀ ਦਿੱਤੀ ਸੀ ਉਹਨਾਂ ਦੇ ਦਾਦਾ ਬੁੱਧ ਸਿੰਘ ਨੇ 1900 22 ਤੋਂ ਖੁਦ ਹੀ ਪੁਰਾਣੀ ਟਿੰਡ ਪੱਤੀ ਤੋਂ ਕਿਰਪਾਨ ਤੇ ਉਸ ਦੀ ਟੀਨ ਤੋਂ ਮਿਆਨ ਬਣਾਉਣੀ ਸ਼ੁਰੂ ਕੀਤੀ ਸੀ ਹੁਣ ਤੱਕ 4 ਇੰਚ ਤੋਂ 3 ਫੁੱਟ ਤੱਕ ਹੱਥੀ ਬੁਕਿੰਗ ਤੇ ਮੀਨਾਕਾਰੀ ਸੋਨੇ ਦੇ ਵਰਕ ਵਾਲੀ ਟਕਸਾਲੀ ਕਿਰਪਾਨ ਤਿਆਰ ਕਰ ਰਹੇ ਨੇ ਉਹਨਾਂ ਦੇ ਦਾਦਾ ਦੀ ਮੌਤ ਤੋਂ ਬਾਅਦ ਉਹਦੇ ਪਿਤਾ ਮਿੰਦਰ ਸਿੰਘ ਤੋਂ ਬਾਅਦ ਖੁਦ ਉਹ ਹੁਣ ਐਮਟੈਕ ਪੁੱਤ ਭਪਿੰਦਰ ਸਿੰਘ ਤੇ ਬੀਟੈਕ ਭਤੀਜਾ ਸਿਮਰਜੀਤ ਸਿੰਘ ਬਿਊ ਚੇਰੀ ਸਿੱਖਿਆ ਹਾਸਲ ਕਰਕੇ ਇਸ ਕਾਰੋਬਾਰੀ ਕਿੱਤੇ ਨਾਲ ਜੁੜੇ ਹੋਏ ਨੇ ਉਹਨਾਂ ਕਹਿ ਕੇ ਕਿਰਪਾਨ ਬਣਾਉਣ ਦੀਆਂ ਪ੍ਰਾਤਨ ਰਵਾਇਤਾਂ ਨੂੰ ਸੰਭਾਲਣ ਲਈ ਅਗਲੀਆਂ ਪੀੜ੍ਹੀਆਂ ਤੱਕ ਇਹ ਕਾਰੋਬਾਰ ਜਾਰੀ ਰੱਖਣ ਦੀ ਯੋਜਨਾ ਹੈ ਨਿੰਦਰ ਕੁ ਗਿਆਨਮੀ ਤੋਂ ਖਬਰਾਂ ਦਾ ਦੂਜਾ ਹਿੱਸਾ ਸੁਣ ਰਹੇ ਸੀ ਅੱਜ ਦੀਆਂ ਖਬਰਾਂ ਇੱਥੇ ਮੁਕਤੀਆਂ ਦਿਓ ਆਜ਼ਾਦਤਾ ਆਪਾਂ ਕੱਲ ਮਿਲਦੇ ਹਾਂ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਹਿੰਮਤ ਸੱਚ ਲਿਖਣ ਬੋਲਣ ਤੇ ਸੁਣਨ ਦੀ ਅੱਜ